ਟਰੱਕ ਤਸਕਰਾਂ ਦੇ ਵਿਰੁੱਧ ਬੜੇ ਵੱਡੇ ਪੱਧਰ 'ਤੇ ਕੰਪੇਨ ਚਲਾਈ ਗਈ। ਸਾਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਨਵਜੋਤ ਸਿੰਘ ਲੱਲੂ, ਜੋ ਕਿ ਧੂਰੀ ਸੰਗਰੂਰ ਜ਼ਿਲ੍ਹੇ ਦੇ ਨਾਲ ਰਹਿਣ ਵਾਲਾ ਹੈ, ਉਹਨੂੰ ਅਸੀਂ ਪਕੜਿਆ। ਉਹਨੂੰ 100 ਗ੍ਰਾਮ ਹੈਰੋਇਨ ਅਤੇ ਪਲੱਸ 1000 ਤੋਂ ਵੱਧ ਨਸ਼ੀਲੀਆਂ ਗੋਲੀਆਂ ਫੜੀਆਂ, ਅਤੇ ਜਦੋਂ ਉਹਦੀ ਉਹ ਸਰਚ ਕੀਤੀ ਤਾਂ ਉਹਦੇ ਵਿੱਚ ਲਗਭਗ 19 ਤੋਲੇ ਜਿਹੜਾ ਕੈਸ਼, ਅਤੇ ਇਸ ਤੋਂ ਇਲਾਵਾ ਜਿਹੜੀ ਹੈ ਉਹਦੇ ਕੋਲ 3 ਲੱਖ ਦੇ ਕਰੀਬ, 3.25 ਲੱਖ ਹੈ ਜਿਹੜੇ ਆ ਉਹਦੇ ਕੋਲ ਕੈਸ਼, ਅਤੇ 19 ਤੋਲੇ ਸੋਨਾ ਇਹਦੇ ਤੋਂ ਮਿਲਿਆ। ਬੇਸਿਕਲੀ ਇਹ ਡਰੱਗ ਤਸਕਰੀ ਦਾ ਕਰਦਾ, ਇਹ ਡਿਲੀਵਰੀ ਦੇ ਕੇ ਇਹਨੇ ਆਪਦਾ ਬੇਸ ਸ਼ਿਫਟ ਕਰਨਾ ਸੀ, ਵਾਂਟਡ ਸੀਗਾ। ਅਸੀਂ ਸਾਡੇ ਕੋਲ ਵੀ ਇਨਫੋਰਮੇਸ਼ਨ ਆ ਰਹੀ ਹੈ, ਅਸੀਂ ਵੀ ਪਏ ਸੀ ਅਤੇ ਸੰਗਰੂਰ ਪੁਲਿਸ ਵੀ ਇਹਦੇ ਮਗਰ ਪਈ ਹੋਈ ਸੀ, ਅਤੇ ਇਹਨੂੰ ਫੜਨ 'ਚ ਕਾਮਯਾਬ ਹੋਏ। ਫੜਨ ਤੋਂ ਬਾਅਦ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੋਈ ਹੈ, ਜਿਹੜੀ ਪੰਜਾਬ ਦੀ ਅਸੀਂ ਕਹਿ ਦਿੰਦੇ ਸਭ ਤੋਂ ਤੇਜ਼ ਅਤੇ ਸਭ ਤੋਂ ਜਲਦੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਹੈ, ਅਸੀਂ ਇਹਦੇ ਜਿਹੜੇ ਕਿ ਲਗਭਗ 9 ਤਾਂ ਸਾਨੂੰ ਇਮੀਡੀਏਟ ਜਿਹੜੇ ਮਿਲ ਗਏ ਅਕਾਊਂਟ, ਪਰ ਇਹਦੇ 13 ਅਕਾਊਂਟਸ ਹੈ, 13 ਬੈਂਕ ਖਾਤੇ ਜਿਹੜੇ ਵੱਖ ਵੱਖ ਖਾਤੇ ਖਿਲਾਏ ਗਏ ਸੀ, ਉਹਦੇ ਵਿੱਚੋਂ ਅਸੀਂ ਲਗਭਗ 1 ਕਰੋੜ 30 ਲੱਖ ਦਾ ਪਲਾਟ ਅਤੇ 90 ਲੱਖ 66 ਲੱਖ ਦਾ ਜਿਹੜਾ ਕੈਸ਼ ਇੱਕ ਥਾਂ 'ਤੇ, ਬਾਕੀ 5 ਲੱਖ ਦਾ ਇੱਕ ਥਾਂ 'ਤੇ ਕੈਸ਼, ਅਤੇ ਇਸ ਤੋਂ ਇਲਾਵਾ ਜਿਹੜਾ 10 ਲੱਖ ਦਾ ਇਹਦੇ ਤੋਂ ਮੇਨ ਰਿਕਵਰੀ ਹੋਈ ਹੈ। ਇਹਦੇ ਤੋਂ ਇਹਦਾ ਸੋਰਸ ਆਫ ਇਨਕਮ ਨਿਲ ਸੀ 2011 ਤੋਂ ਦਿੱਲੀ ਤੋਂ ਇਹ ਲਿਆ ਕੇ, ਜਿਹੜੇ ਕਿ ਨੀਗਰੋਜ਼ ਹੈ ਉਹਨਾਂ ਤੋਂ ਲਿਆ ਕੇ ਇਹ ਇੱਥੇ ਪੰਜਾਬ ਵਿੱਚ ਸਪਲਾਈ ਕਰਦਾ ਸੀ। ਇਹਦੇ ਨਾਲ ਅਸੀਂ ਇੱਕ ਬੜਾ ਵੱਡਾ ਡਰੱਗ ਨੈਕਸਸ ਹੈ ਉਹਨੂੰ ਤੋੜਨ 'ਚ ਕਾਮਯਾਬ ਹੋਏ ਹਾਂ।